ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਏ 45ਵੇਂ ਵਿੱਚ ਅੱਜ ਆਪਾਂ ਗੁਰੂ ਜੀ ਪਾਸੋਂ ਭਾਈ ਸੱਤਾ ਬਲਵੰਡ ਬਖਸ਼ਾਉਣ ਦਾ ਪ੍ਰਸੰਗ ਸਰਵਣ ਕਰਾਂਗੇ ਜੀ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਭਾਈ ਲੱਦੇ ਨੇ ਪਰੋਪਕਾਰ ਹਿਤ ਮਨ ਵਿੱਚ ਕੋਈ ਸ਼ੰਕਾ ਨਾ ਕੀਤੀ। ਉਸਨੇ ਸੋਚਿਆ ਕਿ ਜੇ ਗੁਰੂ ਜੀ ਇਹਨਾਂ ਨੂੰ ਬਖਸ਼ ਦੇਣਗੇ ਤਾਂ ਮੇਰਾ ਕੀ ਵਿਗੜੇਗਾ। ਜਿਹੜਾ ਸਿਰ ਮਨਵਾਇਆ ਹੈ ਵਾਲ ਫਿਰ ਵੱਧ ਜਾਣਗੇ, ਜਿਹੜਾ ਮੂੰਹ ਕਾਲਾ ਕੀਤਾ ਹੈ ਉਹ ਪਾਣੀ ਨਾਲ ਧੋ ਲਵਾਂਗਾ, ਪਰਾਏ ਕਾਰਜ ਵਾਸਤੇ ਜੇ ਸਰੀਰ ਕੰਮ ਆਵੇ ਤਾਂ ਉਸ ਬਾਰੇ ਜਨਮ ਸਫਲ ਹੋ ਜਾਂਦਾ ਹੈ। ਸਤਿਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰ ਕੇ ਹਿਰਦੇ ਵਿੱਚ ਉਪਕਾਰ ਬਾਰੇ ਸੋਚਦਾ ਹੈ। ਬੜੀ ਭੀੜ ਲੱਗੀ ਹੋਈ ਸੀ, ਨਾਲ ਨਾਲ ਢੋਲ ਵੱਜ ਰਿਹਾ ਸੀ, ਲੋਕਾਂ ਦੇ ਬੋਲਣ ਕਾਰਨ ਬੜਾ ਸ਼ੋਰ ਹੋ ਰਿਹਾ ਸੀ। ਜਦ ਨੇੜੇ ਆਇਆ ਤਾਂ ਗੁਰੂ ਜੀ ਨੇ ਵੀ ਢੋਲ ਵੱਜਣ ਦੀ ਧੁਨੀ ਸੁਣੀ ਤਾਂ ਉਹ ਉਹਨਾਂ ਲੋਕਾਂ ਨੂੰ ਪੁੱਛਣ ਲੱਗੇ ਜਿਹੜੇ ਉਹਨਾਂ ਦੇ ਨੇੜੇ ਖੜ੍ਹੇ ਸਨ, ਕੌਣ ਆ ਰਿਹਾ ਹੈ, ਵੱਡਾ ਸ਼ੋਰ ਮਚਿਆ ਹੋਇਆ ਹੈ, ਢੋਲ ਵੱਜਦੇ ਨੂੰ ਬਹੁਤ ਦੁਨੀਆ ਵੇਖ ਰਹੀ ਹੈ, ਕਿਹੜੇ ਦੇਸ਼ ਦੀ ਇਹ ਸੰਗਤ ਹੈ। ਸਭ ਕੁਝ ਜਾਣਦੇ ਹੋਏ ਵੀ ਗੁਰੂ ਜੀ ਪੁੱਛਣ ਲੱਗੇ। ਹੱਥ ਜੋੜ ਕੇ ਇੱਕ ਸਿੱਖ ਨੇ ਕਿਹਾ, ਹੇ ਧੀਰਜਵਾਨ ਪ੍ਰਭੂ ਜੀ, ਧਨ ਸਿੱਖੀ ਦਾ ਸਿੱਧਕ ਹੈ। ਪਰਉਪਕਾਰੀ ਗੁਰਮੁਖ ਲੱਦੇ ਨੇ ਗੁਰੂ ਜੀ ਦੇ ਚਰਨਾਂ ਅਨੁਸਾਰ ਆਪਣਾ ਭੇਸ ਬਣਾਇਆ ਹੋਇਆ ਹੈ, ਗਧੇ 'ਤੇ ਚੜਿਆ ਹੋਇਆ ਹੈ, ਮੂੰਹ ਕਾਲਾ ਕੀਤਾ ਹੋਇਆ ਹੈ, ਸੀਸ ਮਨਵਾ ਕੇ ਢੋਲ ਵਜਾਉਂਦਾ ਹੋਇਆ ਨਗਰ ਵਿੱਚ ਘੁੰਮਿਆ ਹੈ। ਉਸ ਨੂੰ ਵੇਖਣ ਵਾਸਤੇ ਬਹੁਤ ਲੋਕ ਇਕੱਠੇ ਹੋ ਕੇ ਆਏ ਹਨ। ਇੰਨੀ ਦੇਰ ਨੂੰ ਭਾਈ ਲੱਦਾ ਗੁਰੂ ਜੀ ਦੇ ਸਾਹਮਣੇ ਆ ਗਿਆ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਬੜਾ ਪ੍ਰੇਮ ਵਧਾਇਆ, ਹੱਥ ਜੋੜ ਕੇ ਵੰਦਨਾ ਕੀਤੀ ਅਤੇ ਚਰਨ ਕਮਲਾਂ 'ਤੇ ਦ੍ਰਿਸ਼ਟੀ ਲਾਈ। ਗਧੇ 'ਤੇ ਚੜ੍ਹੇ ਨੇ ਹੀ ਉਸਤਤ ਉਚਾਰਨ ਕੀਤੀ, ਕਿਰਪਾ ਨਿਧਾਨ, ਤੁਹਾਡਾ ਨਾਮ ਗਾਇਆ ਜਾਂਦਾ ਹੈ, ਤੁਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ, ਨੀਚ ਪਾਪੀਆਂ ਦਾ ਉਧਾਰ ਕਰਨ ਵਾਲੇ ਹੋ ਅਤੇ ਗੁਰੂ ਗਰੀਬ ਨਿਵਾਜ ਕਹਾਉਂਦੇ ਹੋ, ਆਪਣੇ ਦਾਸਾਂ ਲਈ ਵੱਡੇ ਬਖਸ਼ਣਹਾਰ ਹੋ ਅਤੇ ਚੰਦ ਵਾਂਗ ਆਨੰਦ ਦੇਣ ਵਾਲੇ ਹੋ। ਗੁੱਸੇ ਅਤੇ ਮਿਹਰ ਦੇ ਕਹੇ ਤੁਹਾਡੇ ਸ਼ਬਦ ਪੂਰੇ ਹੁੰਦੇ ਹਨ, ਨਿੱਜ ਦਾਸ ਜਾਣ ਕੇ ਭੁੱਲ ਬਖਸ਼ਾ ਦਿਓ, ਮੈਂ ਤੁਹਾਡੀ ਆਗਿਆ ਮੰਨ ਕੇ ਪਹਿਲਾਂ ਹੀ ਇਹ ਕੁਝ ਕਰ ਲਿਆ ਹੈ, ਜੇ ਕੁਝ ਹੋਰ ਸਜ਼ਾ ਉਚਿਤ ਸਮਝਦੇ ਹੋ ਤਾਂ ਮੈਨੂੰ ਦਿਓ, ਇਸ ਵਿੱਚ ਦੇਰ ਨਾ ਲਾਓ, ਫਿਰ ਮੈਂ ਬੇਨਤੀ ਕਰਦਾ ਹਾਂ। ਹੇ ਦੀਨ ਬੰਧੂ ਪ੍ਰਭੂ ਦਇਆ ਦੇ ਸਾਗਰ ਗੁਰੂ ਜੀ, ਬੁੱਧੀ ਦੇ ਅੰਨੇ ਨੂੰ ਅੱਖਾਂ ਰੂਪੀ ਗਿਆਨ ਦਿਓ। ਜਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਵੱਲ ਵੇਖਿਆ ਤਾਂ ਨੈਣਾਂ ਵਿੱਚ ਜਲ ਭਰ ਆਇਆ ਅਤੇ ਕਹਿਣ ਲੱਗੇ, ਗੁਰਮਾਰੇ ਨੂੰ ਸਿੱਖ ਬਚਾ ਲੈਂਦੇ ਹਨ ਪਰ ਸਿੱਖ ਮਾਰੇ ਪਾਸ ਕੋਈ ਥਾਂ ਨਹੀਂ ਰਹਿੰਦੀ ਹੈ। ਬ੍ਰਿਛ ਤਪਸ਼ ਨੂੰ ਦੂਰ ਕਰਦਾ ਹੈ ਅਤੇ ਜਲ ਮਿਲਣ ਨਾਲ ਜਿਉਂਦਾ ਹੈ ਪਰ ਜਲ ਦਾ ਮਾਰਿਆ ਹੀ ਸੁੱਕ ਜਾਂਦਾ ਹੈ। ਸਹਿ ਸੁਭਾਏ ਜ਼ਖਮ ਲੱਗਿਆ ਹੋਵੇ ਤਾਂ ਮਨੁੱਖ ਜਿਉਂਦਾ ਰਹਿ ਸਕਦਾ ਹੈ ਪਰ ਜੇ ਕੋਈ ਵਿਸਾ ਕੇ ਭਾਵ ਧੋਖੇ ਨਾਲ ਵਾਰ ਕਰੇ ਤਾਂ ਪ੍ਰਾਣ ਨਹੀਂ ਬਚਦੇ ਹਨ। ਸਿੱਖ ਸੰਗਤ ਨੂੰ ਇਸ ਤਰ੍ਹਾਂ ਕਹਿ ਕੇ ਪ੍ਰੇਮ ਵਸ ਹੋ ਗਏ ਅਤੇ ਫਿਰ ਕਿਹਾ ਨਾ ਜਾਏ, ਸੇਵਕਾਂ ਨੂੰ ਭੇਜਿਆ ਕਿ ਇਸ ਨੂੰ ਖੋਤੇ ਤੋਂ ਉਤਾਰੋ। ਫਿਰ ਸੁੰਦਰ ਢੰਗ ਨਾਲ ਇਸ਼ਨਾਨ ਕਰਵਾਇਆ, ਰੇਸ਼ਮੀ ਕੱਪੜੇ ਪਾ ਕੇ ਗੁਰੂ ਜੀ ਦੇ ਨੇੜੇ ਆਇਆ ਅਤੇ ਗੁਰੂ ਜੀ ਦੇ ਚਰਨ ਕਮਲਾਂ ਪਾਸ ਲੱਗ ਗਿਆ। ਗੁਰੂ ਜੀ ਨੇ ਪੁੱਛਿਆ, ਹੇ ਭਾਈ ਲੱਦਾ, ਦੱਸੋ ਕਿਸ ਕਾਰਨ ਇਹ ਅਨੋਖਾ ਭੇਸ ਬਣਾਇਆ ਹੈ। ਭਾਈ ਲੱਦੇ ਨੇ ਕਿਹਾ, ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ, ਜਗਤ ਦੀ ਕੋਈ ਵੀ ਵਾਰਤਾ ਤੁਹਾਥੋਂ ਛੁਪੀ ਹੋਈ ਨਹੀਂ ਹੈ, ਆਗਿਆ ਮੰਨ ਕੇ ਉਹ ਮੈਂ ਕਹਿੰਦਾ ਹਾਂ ਜਿਵੇਂ ਆਪ ਜੀ ਨੇ ਬਚਨ ਕੀਤੇ ਹੋਏ ਹਨ। ਜਿਹੜਾ ਵੀ ਬੇਨਤੀ ਕਰੇਗਾ ਉਸ ਨੂੰ ਗਧੇ 'ਤੇ ਚੜ੍ਹਾ ਕੇ ਮੁੱਖ ਕਾਲਾ ਕਰਾਂਗੇ, ਉਸਦੇ ਸਿਰ ਦੇ ਵਾਲ ਮੁਨਵਾ ਕੇ ਐਸੀ ਸਜ਼ਾ ਦੇਵਾਂਗੇ, ਇਸ ਕਰਕੇ ਇਹਨਾਂ ਦਾ ਸੰਗੀ ਕੋਈ ਨਾ ਹੋਵੇ। ਮੈਂ ਆਪ ਜੀ ਦੇ ਬਚਨਾਂ 'ਤੇ ਪੂਰਨ ਅਮਲ ਕੀਤਾ ਹੈ, ਪਹਿਲਾਂ ਇਹ ਸਾਰਾ ਭੇਸ ਧਾਰ ਕੇ ਫਿਰ ਆਇਆ ਹਾਂ, ਬਾਅਦ ਵਿੱਚ ਮੈਂ ਬੇਨਤੀ ਕਰਦਾ ਹਾਂ, ਕਿਰਪਾ ਨਿਧਾਨ ਗੁਰੂ ਜੀ ਤੁਸੀਂ ਮੇਰੀ ਬੇਨਤੀ ਸੁਣੋ,
ਤੁਹਾਡਾ ਬਖਸ਼ਣਹਾਰਾ ਸੁਭਾਅ ਹੈ। ਸੱਤਾ ਅਤੇ ਬਲਵੰਡ ਅਤਿ ਦੁਖੀ ਹਨ ਅਤੇ ਉਹਨਾਂ ਦੇ ਚਿੱਤ ਦਾ ਸਾਰਾ ਹੰਕਾਰ ਦੂਰ ਹੋ ਗਿਆ ਹੈ। ਬਹੁਤ ਗਰੀਬ ਅਤੇ ਰੋਗੀ ਹੋ ਗਏ ਹਨ, ਬਹੁਤ ਆਤਰ ਹੋ ਕੇ ਦੀਨ ਹੋ ਗਏ ਹਨ ਅਤੇ ਜਿਸ ਕਿਸ ਪਾਸ ਵੀ ਜਾਂਦੇ ਹਨ ਕੋਈ ਵੀ ਉਹਨਾਂ ਨੂੰ ਮੂੰਹ ਨਹੀਂ ਲਾਉਂਦਾ ਹੈ। ਹੇ ਗੁਰੂ ਜੀ, ਉਹਨਾਂ ਦੀ ਭੁੱਲ ਨੂੰ ਬਖਸ਼ ਦਿਓ, ਉਹਨਾਂ ਨੂੰ ਆਪਣੇ ਚਰਨ ਕਮਲਾਂ ਨਾਲ ਮਿਲਾ ਲਓ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਸਭਾ ਸਹਿਤ ਭਾਈ ਲੱਦੇ ਦਾ ਅਤ ਉਪਕਾਰੀ ਸੁਭਾਅ ਵੇਖਿਆ ਅਤੇ ਬੋਲੇ, ਇਤਨਾ ਦੁੱਖ ਕਿਉਂ ਪ੍ਰਾਪਤ ਹੋਇਆ ਹੈ ਜੋ ਤੂੰ ਸਾਨੂੰ ਬਣਾ ਕੇ ਕਹਿੰਦਾ ਹੈ? ਤੇਰੇ ਕਹਿਣ 'ਤੇ ਹੀ ਅਸੀਂ ਬਖਸ਼ ਦਿੰਦੇ ਜਦ ਅਸੀਂ ਜਾਣ ਲੈਂਦੇ ਕਿ ਉਹ ਬਿਨਾਂ ਹੰਕਾਰ ਦੇ ਹੋ ਗਏ ਹਨ। ਰਾਗ ਵਿਦਿਆ ਦਾ ਮਾਣ ਕਰਕੇ ਮੂਰਖ ਅੰਨੇ ਹੋ ਗਏ ਸਨ। ਇਹ ਦੋਹਾਂ ਨੂੰ ਯੋਗ ਸਜ਼ਾ ਦਿੱਤੀ ਗਈ ਸੀ। ਉਹਨਾਂ ਦੋਹਾਂ ਦਾ ਹੰਕਾਰ ਦੂਰ ਹੋ ਗਿਆ ਹੈ। ਹੁਣ ਤੂੰ ਉਹਨਾਂ ਦੀ ਰੱਖਿਆ ਕੀਤੀ ਹੈ, ਉਹਨਾਂ ਨੂੰ ਬੁਲਾ ਲਓ ਅਤੇ ਦੁੱਖ ਦੂਰ ਕਰੋ ਜੇ ਉਹਨਾਂ ਦੇ ਹਿਰਦੇ ਦਾ ਹੰਕਾਰ ਦੂਰ ਹੋ ਗਿਆ ਹੈ। ਲੋਹਾ ਅੱਗ ਦੀ ਤਪਸ਼ ਨੂੰ ਪਾ ਕੇ ਨਰਮ ਹੋ ਜਾਂਦਾ ਹੈ, ਇਹੋ ਹੀ ਇਹਨਾਂ ਬਾਰੇ ਸਮਝੋ। ਫਿਰ ਭਾਈ ਲੱਦੇ ਨੇ ਪ੍ਰਸੰਨ ਹੋ ਕੇ ਇੱਕ ਮਨੁੱਖ ਨੂੰ ਭੇਜ ਕੇ ਸੱਤੇ ਅਤੇ ਬਲਵੰਡ ਨੂੰ ਸਤਿਗੁਰੂ ਜੀ ਪਾਸ ਬੁਲਾ ਲਿਆ। ਗੁਰੂ ਜੀ ਦਾ ਦਾਮਨ ਫੜ ਕੇ ਹੱਥ ਜੋੜ ਦਿੱਤੇ ਅਤੇ ਬੋਲੇ, ਹੇ ਸੁਖਦਾਤੇ, ਆਪਣੀ ਸ਼ਰਨ ਵਿੱਚ ਰੱਖੋ, ਆਪਣੀ ਸ਼ਰਨ ਵਿੱਚ ਰੱਖੋ। ਚਰਨ ਕਮਲ ਫੜ ਕੇ ਅੱਗੇ ਲੰਮੇ ਪੈ ਗਏ ਅਤੇ ਘਿਘਿਆ ਕੇ ਅੱਖਾਂ ਵਿੱਚ ਜਲ ਵਹਿ ਤੁਰਿਆ। ਕਹਿਣ ਲੱਗੇ, ਹੇ ਪ੍ਰਭੂ ਜੀ, ਮਾਫ਼ ਕਰੋ, ਮਾਫ਼ ਕਰੋ, ਤੁਸੀਂ ਉਚਿਤ ਹੀ ਕੀਤਾ ਹੈ ਜੋ ਸਾਨੂੰ ਇਹ ਸਜ਼ਾ ਦਿੱਤੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਫਿਰ ਉਹਨਾਂ ਨੂੰ ਕਿਹਾ, ਇਹ ਸਾਡੇ ਸਿੱਖ ਭਾਈ ਲੱਦੇ ਦਾ ਉਪਕਾਰ ਹੈ, ਉਸਦੇ ਕਹੇ 'ਤੇ ਅਸੀਂ ਤੁਹਾਨੂੰ ਬਖਸ਼ ਦਿੱਤਾ ਹੈ। ਫਿਰ ਕਦੀ ਹੰਕਾਰ ਕਰਨ ਦਾ ਵਿਕਾਰ ਨਾ ਕਰਿਓ। ਤੁਸੀਂ ਦੋਵੇਂ ਵੱਡੇ ਅਪਰਾਧੀ ਸੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕੀਤੀ ਸੀ, ਤੁਹਾਡੀ ਖਿਮਾ ਇਸ ਨੇ ਕਰਵਾਈ ਹੈ, ਨਹੀਂ ਤਾਂ ਦੋਹਾਂ ਲੋਕਾਂ ਵਿੱਚ ਹਜ਼ਾਰਾਂ ਕਸ਼ਟ ਪਾਉਂਦੇ। ਫਿਰ ਭਾਈ ਲੱਦੇ ਨੇ ਬੇਨਤੀ ਕੀਤੀ, ਤਨ ਤੋਂ ਵੀ ਇਹਨਾਂ ਨੂੰ ਅਰੋਗ ਕਰ ਦਿਓ ਤਾਂ ਕਿ ਸਭ ਵਿੱਚ ਫਿਰ ਗਾਇਣ ਕਰਨ ਲੱਗ ਜਾਣ ਜਿਵੇਂ ਪਹਿਲਾਂ ਗਾਇਣ ਕਰਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਗੁਰੂ ਦੀ ਨਿੰਦਿਆ ਕਰਨ ਕਰਕੇ ਇਹਨਾਂ ਦੇ ਸਰੀਰ ਨੂੰ ਦੁੱਖ ਹੋਇਆ ਹੈ, ਉਹ ਅਪਰਾਧ ਜਦ ਇਹ ਦੂਰ ਕਰਨਗੇ ਤਦ ਇਹ ਬਿਨਾਂ ਸ਼ੱਕ ਰਾਜੀ ਹੋ ਜਾਣਗੇ। ਜਿਸ ਮੁੱਖ ਨਾਲ ਇਹਨਾਂ ਨੇ ਗੁਰੂ ਘਰ ਦੀ ਨਿੰਦਿਆ ਕਹੀ ਹੈ, ਉਸ ਮੁੱਖ ਨਾਲ ਗੁਰੂ ਦਾ ਜਸ ਵਰਣਨ ਕਰਨ। ਇਸ ਢੰਗ ਨਾਲ ਤਨ ਦਾ ਰੋਗ ਮਿਟ ਜਾਵੇਗਾ ਤਾਂ ਸਰੀਰ ਵੀ ਪਹਿਲੇ ਵਾਂਗ ਸਮਾਨ ਹੋ ਜਾਏਗਾ। ਫਿਰ ਭਾਈ ਲੱਦੇ ਨੇ ਦੋਵਾਂ ਨੂੰ ਕਿਹਾ, ਹੁਣ ਦੁੱਖ ਭੰਜਨੀ ਵਿੱਚ ਇਸ਼ਨਾਨ ਕਰੋ, ਬ੍ਰਹਮ ਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਵਰਣਨ ਕਰੋ ਜਿਨ੍ਹਾਂ ਨੇ ਗੁਰੂ ਬਣ ਕੇ ਸਾਰੇ ਜਹਾਨ ਨੂੰ ਉਤਾਰਿਆ। ਮੁੜ ਕੇ ਫਿਰ ਪੰਜਾਂ ਗੁਰੂ ਸਾਹਿਬਾਨਾਂ ਦੀ ਬਾਣੀ 'ਤੇ ਭਿੰਨ ਭਿੰਨ ਕੀਰਤਨ ਗਾਓ। ਨਿਸ਼ਕਪਟ ਹੋ ਕੇ ਅਤੇ ਹੰਕਾਰ ਦੂਰ ਕਰਕੇ ਬਾਅਦ ਵਿੱਚ ਸੰਗਤ ਵਿੱਚ ਸਮਾ ਜਾਓ। ਦੋਵੇਂ ਸੁਣ ਕੇ ਬਹੁਤ ਖੁਸ਼ ਹੋਏ, ਜਿਵੇਂ ਅੰਮ੍ਰਿਤ ਦੀ ਵਰਖਾ ਹੋਈ ਹੋਵੇ। ਹਿਰਦੇ ਦੇ ਦੁੱਖ ਅਤੇ ਗਰੀਬੀ ਸਭ ਦੂਰ ਹੋ ਗਈ। ਸ਼੍ਰੀ ਦੁੱਖ ਭੰਜਣੀ ਵਿੱਚ ਇਸ਼ਨਾਨ ਕੀਤਾ ਅਤੇ ਬੜਾ ਪ੍ਰੇਮ ਕਰਕੇ ਗੁਰੂ ਜੀ ਦੇ ਨਾਮ ਦਾ ਸਿਮਰਨ ਕੀਤਾ। ਹੰਕਾਰ ਦੂਰ ਕਰਕੇ ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਖੜ੍ਹੇ ਹੋ ਗਏ। ਸੁੰਦਰ ਰਾਮਕਲੀ ਰਾਗ ਵਿੱਚ ਹਿਰਦੇ ਵਿੱਚ ਅਨੰਦ ਧਾਰ ਕੇ ਵਾਰ ਲਿਖੀ। ਚਾਰ ਪੌੜੀਆਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ੍ਰੇਸ਼ਟ ਜਸ ਵਰਣਨ ਕੀਤਾ। ਜਿਵੇਂ ਉਹਨਾਂ ਦੀ ਬੁੱਧੀ ਸੀ, ਉਸ ਤਰ੍ਹਾਂ ਹੀ ਉਹਨਾਂ ਨੇ ਕਿਰਤਾਰਥ ਹੋਣ ਦੇ ਸਵਾਰਥ ਨੂੰ ਮੁੱਖ ਰੱਖ ਕੇ ਕਥਨ ਕੀਤਾ। ਇੱਕ ਇੱਕ ਪੌੜੀ ਵਿੱਚ ਚਤੁਰ ਗੁਰੂ ਜੀ ਦੀ ਸੁੰਦਰ ਕੀਰਤੀ ਬਣਾ ਕੇ ਕਹੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਹੱਥ ਜੋੜ ਕੇ ਸਾਰੀ ਸੁਣਾ ਦਿੱਤੀ। ਸ਼੍ਰੀ ਗੁਰੂ ਜੀ ਵਾਰ ਸੁਣ ਕੇ ਬਹੁਤ ਪ੍ਰਸੰਨ ਹੋਏ। ਫਿਰ ਉਹਨਾਂ ਨੇ ਉਸ ਵਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਵਾ ਦਿੱਤਾ। ਉਹਨਾਂ ਦੇ ਸਰੀਰਾਂ ਦੇ ਰੋਗ ਦੂਰ ਹੋ ਗਏ ਅਤੇ ਤਨ ਸ਼ੁਭ ਅਤੇ ਨਵੇਂ ਨਰੋਏ ਹੋ ਗਏ। ਉਹਨਾਂ ਦੇ ਸਰੀਰਾਂ ਨੂੰ ਵੇਖ ਕੇ ਲੋਕ ਬਹੁਤ ਹੈਰਾਨ ਹੋਏ। ਜਿਹੜੇ ਇਸ ਵਾਰ ਨੂੰ ਪ੍ਰੇਮ ਨਾਲ ਪੜ੍ਹਨ ਸੁਣਨਗੇ ਉਹਨਾਂ ਦੇ ਤਨ ਦੇ ਸਾਰੇ ਰੋਗ ਦੂਰ ਹੋਣਗੇ। ਜਿਹੜੇ ਨਿਤਾ ਪ੍ਰਤੀ ਨੇਮ ਨਾਲ ਮੁੱਖ ਤੋਂ ਉਚਾਰਨਗੇ ਉਹਨਾਂ ਵਿੱਚ ਗੁਰੂ ਜੀ ਦੀ ਮਹਾਨ ਸ਼ਰਧਾ ਵਧੇਗੀ। ਗੁਰੂ ਜੀ ਮੂੰਹ ਮੰਗੀਆਂ ਮੁਰਾਦਾਂ ਦਿੰਦੇ ਹਨ ਜਿਹੜੇ ਗੁਰੂ ਜੀ ਦੇ ਰੂਪ ਦਾ ਧਿਆਨ ਧਰ ਕੇ ਪੜ੍ਹਦੇ ਹਨ। ਐਸੀ ਕੋਈ ਵਸਤੂ ਨਹੀਂ ਜੋ ਹੱਥ ਨਾ ਆਵੇ ਜਿਹੜੇ ਮਹਾਨ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਨ। ਜਦ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਲੱਗਾ ਤਾਂ ਉਸ ਵਿੱਚ ਭਾਈ ਲੱਦੇ ਦੀ ਬਹੁਤ ਉਪਮਾ ਕੀਤੀ। ਧੰਨ ਪਰਉਪਕਾਰੀ ਸਿੱਖ ਹੈ, ਪਰਾਏ ਦੇ ਭਲੇ ਵਾਸਤੇ ਜਿਸ ਨੇ ਆਪਣੀ ਲਾਜ ਹੀ ਛੱਡ ਦਿੱਤੀ। ਇਸ ਨੇ ਐਸਾ ਕਾਰਜ ਕੀਤਾ ਹੈ ਜਿਸ ਨੂੰ ਕੋਈ ਕਰ ਨਹੀਂ ਸਕਦਾ।
ਜਦ ਉਸਨੇ ਦੋਰ ਬਾਬਿਆਂ ਨੂੰ ਦੀਨ ਹੋਏ ਵੇਖਿਆ ਤਾਂ ਦੋ ਨਗਰਾਂ ਵਿੱਚ ਆਪਣੇ ਭੈੜੇ ਭੇਸ ਅਤੇ ਰੂਪ ਨੂੰ ਵਿਖਾਇਆ ਅਤੇ ਬੇਨਤੀ ਕਰਕੇ ਉਹਨਾਂ ਦੇ ਦੁੱਖ ਦੂਰ ਕੀਤੇ ਹਨ। ਸਭ ਤੋਂ ਵੱਡੀ ਗੱਲ ਹੈ ਸਤਨਾਮ ਦਾ ਸਿਮਰਨ ਅਤੇ ਸਭ ਤੋਂ ਵੱਡੀ ਕਾਰ ਹੈ ਪਰਉਪਕਾਰ ਕਰਨਾ। ਇਹਨਾਂ ਦੋਹਾਂ ਬਗੈਰ ਮਨੁੱਖੀ ਸਰੀਰ ਨੂੰ ਤ੍ਰਿਸਕਾਰ ਹੈ, ਸਮਾਂ ਬਤੀਤ ਕਰਦੇ ਹਨ ਪਰ ਗੁਣ ਨੂੰ ਨਹੀਂ ਜਾਣਦੇ। ਉਹਨਾਂ ਦਾ ਪੂਛ ਅਤੇ ਸਿੰਘ ਬਗੈਰ ਪਸ਼ੂ ਦਾ ਜਨਮ ਹੈ, ਉਹ ਸੰਸਾਰ ਦੇ ਵਿੱਚ ਫਜ਼ੂਲ ਹੀ ਆਏ ਹਨ। ਅੰਤ ਸਮੇਂ ਜਮਦੂਤ ਦ੍ਰਿੜਤਾ ਨਾਲ ਫੜ ਲੈਂਦੇ ਹਨ, ਝੂਰਦੇ ਹੋਏ ਫਿਰ ਦੋਵੇਂ ਹੱਥ ਝਾੜ ਕੇ ਚਲੇ ਜਾਂਦੇ ਹਨ। ਪੁੰਨ, ਦਾਨ, ਤਪ ਅਤੇ ਯੱਗ ਕਰਨਾ ਪਰਉਪਕਾਰ ਦੇ ਬਰਾਬਰ ਨਹੀਂ ਪਹੁੰਚਦਾ। ਅਨੇਕ ਰੀਤੀਆਂ ਨਾਲ ਭਾਵੇਂ ਪਾਪ ਕਰਨ ਪਰ ਕਿਸੇ ਪਾਪ ਨੂੰ ਕ੍ਰਿਤ ਕਰਨ ਦੇ ਬਰਾਬਰ ਨਾ ਜਾਣੋ। ਅਹਿੰਸਤ ਰਹਿਣ ਧਰਮ ਸਭ ਕਰੇ ਪਰ ਅਹਿੰਸਾ ਪਾਪ ਪਹਿਚਾਣ ਕੇ ਕਰੇ। ਇਸ ਕਰਕੇ ਸਦਾ ਹੀ ਮਨ, ਤਨ ਅਤੇ ਧਨ ਕਰਕੇ ਉਪਕਾਰ ਦਾ ਹੀ ਚਿਤਵਨ ਕਰੇ। ਸ਼ੁਭ ਸਭਾ ਵਿੱਚ ਬੈਠੇ ਸਾਰੇ ਮਨੁੱਖਾਂ ਨੇ ਗੁਰੂ ਜੀ ਦੇ ਬਚਨ ਸੁਣ ਕੇ ਉਸ 'ਤੇ ਨਿਸ਼ਚਾ ਕੀਤਾ, ਸਤਨਾਮ ਦਾ ਸਿਮਰਨ ਕਰਨ 'ਤੇ ਹਿੱਤ ਜਾਣ ਕੇ ਪਰਉਪਕਾਰ ਕਰਨ। ਫਿਰ ਲੱਦਾ ਨੇ ਕਈ ਦਿਨ ਰਹਿ ਕੇ ਦੀਨ ਹੋ ਕੇ ਜਾਣ ਦੀ ਆਗਿਆ ਮੰਗੀ। ਕਹਿਣ ਲੱਗਾ, ਹੇ ਦਇਆ ਦੇ ਖਜ਼ਾਨੇ ਭਾਵ ਗੁਰੂ ਜੀ, ਮੈਨੂੰ ਦਾਸਾਂ ਦਾ ਦਾਸ ਜਾਣੋ, ਔਗਣਾ ਸਮੇਤ ਅਤੇ ਗੁਣਾਂ ਤੋਂ ਰਹਿਤ ਜਾਣੋ। ਮੈਨੂੰ ਜਗਤ ਵਾਲੇ ਕੇਵਲ ਆਪ ਜੀ ਦਾ ਸਿੱਖ ਹੀ ਕਹਿਣ, ਤੁਸੀਂ ਧਰਮ ਦੀ ਲਾਜ ਰੱਖਣ ਵਾਲੇ ਹੋ। ਇਹ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਬਹੁਤ ਪ੍ਰਸੰਨ ਹੋਏ, ਬੜੇ ਮਿੱਠੇ ਅਤੇ ਕੋਮਲ ਬਚਨ ਬੋਲ ਕੇ ਵਿਦਾ ਕੀਤਾ। ਭਾਈ ਲੱਦਾ ਨੇ ਗੁਰੂ ਜੀ ਦੇ ਚਰਨ ਕਮਲਾਂ 'ਤੇ ਵੰਦਨਾ ਕਰਕੇ ਫਿਰ ਚਾਰ ਪਰਿਕਰਮਾ ਕੀਤੀਆਂ। ਫਿਰ ਦਰਬਾਰ ਸਾਹਿਬ ਦੇ ਅੰਦਰ ਗਿਆ ਅਤੇ ਉੱਥੇ ਵੀ ਹਿੱਤ ਧਾਰ ਕੇ ਵੰਦਨਾ ਕੀਤੀ। ਫਿਰ ਲਾਹੌਰ ਨੂੰ ਚਲਾ ਗਿਆ, ਦਿਲ ਵਿੱਚ ਪ੍ਰਸੰਨ ਹੋ ਕੇ ਗੁਰੂ ਜੀ ਦਾ ਬਹੁਤ ਜਸ ਕਰਦਾ ਸੀ। ਜਿੱਥੇ ਕਿੱਥੇ ਸਾਰੇ ਨਗਰਾਂ ਵਿੱਚ ਇਹ ਕਹਿ ਰਹੇ ਸਨ ਕਿ ਆਪਣੇ ਸਿੱਖਾਂ 'ਤੇ ਕਿਰਪਾ ਧਾਰ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਤ ਗ੍ਰੰਥ ਦੀ ਰਚਨਾ ਕਰ ਰਹੇ ਹਨ ਅਤੇ ਭਾਈ ਗੁਰਦਾਸ ਜੀ ਉਸ ਨੂੰ ਲਿਖ ਰਹੇ ਹਨ। ਰਾਗ ਬਸੰਤ ਦੇ ਸਾਰੇ ਸ਼ਬਦ ਬਣਾ ਕੇ ਫਿਰ ਸੁਖਦਾਤਾ ਜੀ ਵਾਰ ਦੀ ਰਚਨਾ ਕਰਨ ਲੱਗੇ। ਜਦ ਤਿੰਨ ਪੌੜੀਆਂ ਦਾ ਉਚਾਰਨ ਕੀਤਾ ਤਾਂ ਰਸੋਈਆ ਚੱਲ ਕੇ ਆ ਗਿਆ ਅਤੇ ਕਹਿਣ ਲੱਗਾ, ਪ੍ਰਭੂ ਜੀ, ਭੋਜਨ ਹੁਣ ਤਿਆਰ ਹੈ, ਜਿਵੇਂ ਆਪ ਜੀ ਦੀ ਆਗਿਆ ਹੋਵੇ। ਭੋਜਨ ਦਾ ਆਦਰ ਕਰਕੇ ਗੁਰੂ ਜੀ ਨੇ ਉਸੇ ਵੇਲੇ ਲਿਖਣਾ ਬੰਦ ਕਰ ਦਿੱਤਾ। ਫਿਰ ਹੋਰ ਕੁਝ ਨਾ ਲਿਖਿਆ, ਆ ਕੇ ਭੋਜਨ ਛਕਿਆ ਅਤੇ ਤ੍ਰਿਪਤ ਹੋ ਕੇ ਸੰਗਤ ਵਿੱਚ ਗੱਲ ਪ੍ਰਗਟ ਕੀਤੀ। ਨਿਤਾ ਪ੍ਰਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਨਵੀਂ ਬਾਣੀ ਦੀ ਰਚਨਾ ਕਰਦੇ ਸਨ। ਸਭ ਚਤੁਰ ਸੰਤ ਸ਼੍ਰੀ ਪਰਮੇਸ਼ਰ ਦਾ ਸ੍ਰੇਸ਼ਟ ਜਸ ਬਹੁਤ ਕਹਿੰਦੇ ਹਨ। ਸਤਨਾਮ ਦਾ ਸਿਮਰਨ ਕਰੋ, ਮਨੁੱਖ ਜਨਮ ਫਜ਼ੂਲ ਵਿੱਚ ਨਾ ਗਵਾਓ, ਅਚਲ ਪ੍ਰਭੂ ਨਾਲ ਲੱਗ ਕੇ ਜਨਮ ਨੂੰ ਸਫਲ ਕਰੋ ਤਾਂ ਕਿ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣ। ਬਹੁਤ ਪ੍ਰਕਾਰ ਦੇ ਸ੍ਰੇਸ਼ਟ ਜਸ ਸਮੇਤ ਉਪਦੇਸ਼ ਲਿਖਵਾਉਂਦੇ ਸਨ। ਆਪਣੇ ਮਨ ਪ੍ਰਥਾਏ ਹੀ ਬਹੁਤ ਕਹਿ ਕੇ ਸਿੱਖਾਂ ਦੇ ਕਲੇਸ਼ਾਂ ਨੂੰ ਦੂਰ ਕਰਦੇ ਸਨ। ਲੱਖਾਂ ਨਰ ਪੜ੍ਹ ਸੁਣ ਕੇ ਗੁਰਮਤਿ ਨੂੰ ਹਿਰਦੇ ਵਿੱਚ ਧਾਰਨ ਕਰਦੇ ਸਨ, ਸਭ ਜੰਜਾਲਾਂ ਨੂੰ ਛੱਡ ਕੇ ਭਵਜਲ ਤੋਂ ਪਾਰ ਹੋ ਜਾਂਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਵਰਗਾ ਪਰਉਪਕਾਰੀ ਨਾ ਕੋਈ ਹੋਇਆ ਹੈ, ਨਾ ਕੋਈ ਹੈ ਅਤੇ ਨਾ ਹੀ ਇੰਨਾ ਹਿੱਤਧਾਰੀ ਕੋਈ ਹੋਵੇਗਾ। ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹਨਾਂ ਨੇ ਦੋ ਵੱਡੇ ਜਹਾਜ਼ ਬਣਾਏ ਜਿਹੜੇ ਭਰ ਭਰਪੂਰ ਪਾਰ ਲੰਘਾਈ ਜਾਂਦੇ ਹਨ। ਸ਼੍ਰੀ ਅੰਮ੍ਰਿਤਸਰ ਵਿੱਚ ਬਹੁਤ ਸੁੰਦਰ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ। ਦੂਸਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਉਸ ਸਥਾਨ ਵਿੱਚ ਸਥਿਤ ਕਰਕੇ ਪੂਜਾ ਕਰਵਾਈ। ਇਹਨਾਂ ਦੋਵਾਂ ਦਾ ਆਸਰਾ ਲੈ ਕੇ ਜਿਹੜੇ ਕਿਰਤ ਕਰਦੇ ਹਨ ਉਹ ਬਹੁਤ ਸੁੱਖ ਪਾਉਂਦੇ ਹਨ। ਇਸ ਤਰ੍ਹਾਂ ਉਹਨਾਂ ਇਸ ਦੁਨੀਆ ਦਾ ਬਹੁਤ ਭਲਾ ਕੀਤਾ। ਇਹ ਸਭ ਕੁਛ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਲੋਕਾਂ ਦਾ ਹਿੱਤ ਵੇਖ ਕੇ ਕੀਤਾ। ਜਿਹੜੇ ਸ਼ਰਧਾ ਧਾਰ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ ਉਹਨਾਂ ਦੇ ਸਾਰੇ ਕਮਾਏ ਹੋਏ ਪਾਪ ਦੂਰ ਹੋ ਜਾਂਦੇ ਹਨ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹਰ ਜਸ ਗਾ ਕੇ ਜਾਂ ਬੈਠ ਕੇ ਮਨ ਲਾ ਕੇ ਸੁਣੇ। ਪਾਪ ਨੂੰ ਤਿਆਗ ਕੇ ਸ਼ੁਭ ਗਤੀ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਗੁਰੂ ਜੀ ਨੇ ਪ੍ਰਲੋਕ ਵੀ ਭਲਾ ਕਰ ਦਿੱਤਾ ਹੈ। ਇਸ ਕਰਕੇ ਇਹਨਾਂ ਦੇ ਬਰਾਬਰ ਕੋਈ ਵੀ ਪਰਉਪਕਾਰੀ ਨਹੀਂ ਹੈ, ਹੋਰ ਨਾ ਕੋਈ ਸੁਣਿਆ ਹੈ ਅਤੇ ਨਾ ਹੀ ਵੇਖਿਆ ਹੈ। ਗੁਣਾਂ ਦੀ ਖਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਹਨ ਜਿਨ੍ਹਾਂ ਨੇ ਰਾਤ ਦਿਨ ਪਰਉਪਕਾਰ ਕੀਤੇ। ਵਾਰ ਵਾਰ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰੋ, ਉਹ ਅੰਤ ਸਮੇਂ ਤੁਹਾਡੀ ਸਹਾਇਤਾ ਕਰਨਗੇ।
ਸੋ ਸਾਧ ਸੰਗਤ ਜੀ ਇੱਥੇ ਤੀਸਰੀ ਰਾਸ ਦਾ 45ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।